ਦਾਂਦਾਂ ਦਾ ਜ਼ਿਆਦਾ ਮੁਸ਼ਕਿਲ ਹੈ ਯਾਰ ਤੁਸਾਂ ਬਜ਼ੁਰਗਾਂ ਉਮੀਦ ਕਰ ਰਹੇ ਹਾਂ ਮੌਜੂਦ ਹਾਂ ਲੀਪਾ ਵੈਲੀ ਤੁਸੀਂ ਪਤਾ ਕਿ ਸ਼ਾਮੀ ਆਇਆ ਸਾਂ ਉਹਲਾ ਇਤਨਾ ਵਿਊ ਤਾਂ ਦੱਸੀ ਨਾ ਸਕਿਆ ਮਾੜੇ ਨਾਲ ਜਨਾਬ ਰਾਜਾ ਸਾਕਬ ਸਾਹਿਬ ਮਾੜੇ ਦੋਸਤ ਮੌਜੂਦ ਹਨ ਫਿਰ ਅਨੀਸ ਭਾਈ ਸਾਡੇ ਦੋਸਤ ਮੌਜੂਦ ਹਨ ਅਸਾਂ ਰਾਤੀ ਅਨੀਸ ਭਾਈ ਨੇ ਕਾਰ ਸਟੇ ਕੀਤੀ ਹੈ ਅਨੀਸ ਭਾਈ ਲੀਪਾ ਵੈਲੀ ਨੇ ਰਹਿਣੇ ਲੈਣ ਨਾਲ ਵਿਕਾਸ ਸਾਹਿਬ ਮਾੜੇ ਨਿੱਕੇ ਭਰਾ ਤਾ ਅਸਾਂ ਅੱਜ ਇਹਨਾਂ ਨੇ ਨਾਲ ਜਾ ਹੀ ਰਹੇ ਹਾਂ ਅਤੇ ਲੀਪਾ ਵੈਲੀ ਨੂੰ ਡਿਸਕਵਰ ਕਰ ਸਾਂ ਔਰ ਇਸ ਦੇ ਅੰਦਰ ਜੋ ਵੀ ਸਕਾਫਤ ਹੈ ਜਿਸ ਤਰ੍ਹਾਂ ਦਾ ਕਲਚਰ ਹੈ ਜੋ ਚੀਜ਼ਾਂ ਹੈ ਨਾ ਇਨਸ਼ਾਅੱਲਾ ਤੁਸੀਂ ਬਿਹਤਰ ਤੋਂ ਬਿਹਤਰ ਅੰਦਾਜ਼ ਨਾਲ ਦੱਸਾਂ ਸਭ ਤੋਂ ਪਹਿਲੇ ਅਸਾਂ ਇਸ ਲਈ ਮੌਜੂਦ ਹਾਂ ਤੱਕਣੇ ਉਸ ਤੋਂ ਪਿੱਛਾ ਹੈ ਜਿਤਨੇ ਚਾਵਲ ਦੀ ਫਸਲ ਬਿਜਾਈ ਹੋ ਰਹੀ ਹੈ ਕਾਸ਼ਤ ਕਰ ਰਹੇ ਚਾਵਲ ਦੀ ਫਸਲ ਅਤੇ ਇਸ ਨੇ ਉੱਪਰ ਜੁਲਨੇ ਹਾਂ ਤਾਂ ਤੁਹਾਨੂੰ ਕੀ ਦੱਸਣੇ ਹਾਂ ਕਿ ਕਿਸ ਤਰ੍ਹਾਂ ਇਸ ਕੀ ਲਾਣੇ ਜਾਂ ਕਿ ਇਸ ਨਾਲ ਪ੍ਰੋਪਰ ਕੈਸ ਸੈਟਅਪ ਹੈ ਆਇਓ ਜਨਾਬ ਤਾਂ ਅੱਜ ਨੇ ਵਲੋਗ ਕੀ ਇਨਸ਼ਾਅੱਲਾ ਇੰਜੋਏ ਕਰੋ ਇਹ ਤੱਕਣੇ ਉਸ ਹੋ ਕਿ ਕਿਸ ਤਰ੍ਹਾਂ ਪਾਣੀ ਜਾਈ ਰਿਹਾ ਵੈ ਇਹ ਪਾਣੀ ਉੱਪਰੋਂ ਕੋਈ ਬਾਰਿਸ਼ਾਂ ਨਾ ਆਈ ਰਿਹਾ ਜਾਂ ਚਸ਼ਮੇ ਨਾ ਆਈ ਰਿਹਾ ਵੈ ਤਾਂ ਇਸ ਨਾਲ ਰੁੱਖ ਜਿਹੜਾ ਵੈ ਨਾ ਇਹਨਾਂ ਮੋੜੀ ਦਾ ਥੱਲੇ ਤਾਂ ਖੇਤਾਂ ਦੀ ਸਾਈਡ ਕਿਤੇ ਹੱਥ ਮਾਰ ਕੇ ਕੀ ਸਭ ਤੋਂ ਸੋਹਾਂ ਦਾ ਰਾਕੇ ਪਾਣੀ ਦੀ ਅਕੀਲ ਸਾਹਿਬ ਆਰਾਮ ਨਾਲ ਇਹ ਨਾ ਹੋਇਆ ਕੋਈ ਜਨਾਬ ਟਈ ਪਵੋ ਤੁਸਾਂ ਧਿਆਨ ਨਾਲ ਪਿਆਰ ਰੱਖਿਆ ਹੈ ਇੱਥੇ ਆਰਾਮ ਆਰਾਮ ਨਾਲ ਤੁਰਨਾ ਪੈਣਾ ਜਨਾਬ ਕਿ ਕੁਰਾ ਟਈ ਨਾ ਪਵਾਂ ਇਹ ਤੱਕਣੇ ਦੱਸੋ ਚਾਵਲ ਲੱਗਣ ਲੱਗੇ ਵੇ ਜੀ ਜਨਾਬ ਕਿਆ ਨਾਮ ਸਾ ਨਾ ਮੁਹੰਮਦ ਮੁਮਤਾਜ਼ ਲੋਨ ਤਾਂ ਇਹ ਦੱਸੋ ਬਈ ਇਹ ਕਿਹੜੀ ਨਸਲ ਨਾਲ ਚਾਵਲ ਇਸ ਲਈ ਲਾਈ ਰਹੇ ਹੋ ਇਹ ਚਾਵਲ ਜਿਹੜਾ ਹੈ ਇਹ ਸੁਰਖ ਨਸਲ ਦਾ ਚਾਵਲ ਹੈ ਔਰ ਇਸ ਦਾ ਜਿਹੜਾ ਨਾਂ ਹੈ ਉਹ ਲੁੰਡੀ ਚਾਵਲ ਹੈ ਲੁੰਡੀ ਲੁੰਡਾ ਲੁੰਡਾ ਇਸ ਪਾਸੇ ਲੁੰਡੀ ਤਾਂ ਹੀ ਲੁੰਡਾ ਆਖਣੇ ਨਹੀਂ ਕਿਆ ਵਜ੍ਹਾ ਇਸ ਨਹੀਂ ਇਹ ਅਸਲ ਵਿੱਚ ਇਹ ਬਗੈਰ ਖਿਆਰ ਤੋਂ ਆਉਂਦਾ ਹੈ ਇਸ ਨਾਲ ਖਿਆਰ ਨਹੀਂ ਆਉਂਦਾ ਅਤੇ ਜਿਸ ਦੀ ਵਜ੍ਹਾ ਨਾਲ ਇਸ ਕੋਲ ਲੁੰਡਾ ਆਖਦੇ ਨੇ ਅਤੇ ਕਿਤਨੀ ਦੇਰ ਹੈ ਤਕਰੀਬਨ ਤਿਆਰ ਹੋ ਗਿਆ ਸੀ ਇਹ ਅਸੀਂ ਜੂਨ ਵਿੱਚ ਇਸ ਦੀ ਕਾਸ਼ਤ ਕਰਦੇ ਹਾਂ ਸਤੰਬਰ ਵਿੱਚ ਜੁਲਕਾ ਇਹ ਮੁਕੰਮਲ ਤੌਰ 'ਤੇ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਅਤੇ ਤਕਰੀਬਨ ਇੱਕ ਕਨਾਲੀ 'ਚੋਂ ਜਾਂ ਕਿਆ ਹਿਸਾਬ ਕਿਤਾਬ ਸਾਨੂੰ ਆਉਣਾ ਕਿਤਨਾ ਚਾਹੁੰਦੇ ਕਹਿੰਦੇ ਇੱਕ ਕਨਾਲ ਵਿੱਚੋਂ ਅਗਰ ਸਹੀ ਤਰੀਕੇ ਨਾਲ ਕੋਈ ਆਦਮੀ ਇਸ ਦੀ ਕਾਸ਼ਤ ਕਰਾਇਆ ਕਮ ਅਜ਼ ਕਮ 8 ਮਣ ਚਾਵਲ ਨਿਕਲ 8 ਮਣ ਤਾਂ ਹੀ ਮਿਲ ਸਕਦੀ ਹੈ ਚਾਵਲ ਆਪਣਾ ਨਿਕਲ ਸਕਦਾ ਆਪਣਾ ਤਾਂ ਹੀ ਜਿਸ ਕੋਲ ਅਸੀਂ ਆਤੇ ਹਾਂ ਉਹ ਨਿਕਲ ਸਕਦੀ ਹੈ ਔਰ ਉਸ ਵਿੱਚੋਂ ਚਾਵਲ ਜਿਹੜਾ ਹੈ ਉਹ ਤਕਰੀਬਨ 4 ਮਣ ਚਾਵਲ ਨਿਕਲ ਸਕਦਾ 4 ਮਣ ਚਾਵਲ ਮੁੜੀਏ ਘਰ ਰੱਖੀ ਕਿ ਨਹੀਂ ਅੱਗੇ ਵੇਚਣੇ ਨਹੀਂ ਨਹੀਂ ਅਸਾਂ ਦੀ ਆਪਣੀ ਜਿਹੜੀ ਜ਼ਰੂਰਤ ਹੈ ਅਸੀਂ ਆਪਣੀ ਜ਼ਰੂਰਤ ਦੀ ਖਾਤਰ ਆਪਣੇ ਘਰ ਰੱਖਦੇ ਕਿਸੇ ਨੂੰ ਫਰੋਖਤ ਨਾ ਕਰਦੇ ਫਰੋਖਤ ਨਾ ਕਰਦੇ ਤਾਂ ਜਿਲ੍ਹਾ ਸਰਦੀਆਂ 'ਚ ਏਰੀਆ ਬੰਦ ਹੋ ਜਾਣਾ ਉਹ ਲੱਥੋਂ ਬਸ ਘਰਾਂ 'ਚ ਹੀ ਹੈ ਖਾਣੇ ਹੋ ਜਾਂਦੇ ਅਸੀਂ ਸਰਦੀਆਂ ਵਿੱਚ ਜਿਸ ਚੀਜ਼ ਦੀ ਕਮੀ ਬੇਸ਼ੀ ਅਸੀਂ ਆਉਂਦੀ ਹੈ ਅਸੀਂ ਰਾਵਲਪਿੰਡੀ ਤੋਂ ਪਰਚੇਜ਼ ਕਰਕੇ ਚੀਜ਼ਾਂ ਨੂੰ ਆਪਣੇ ਘਰ ਸਟਾਕ ਕਰ ਲੈਂਦੇ ਹਾਂ ਔਰ 2-3 ਮਾਹ ਵਾਸਤੇ ਸਟਾਕ ਕਰਕੇ ਅਸੀਂ ਆਸਾਨੀ ਨਾਲ ਅਸੀਂ ਸਰਦੀਆਂ ਦਾ ਮੌਸਮ ਜਿਹਾ ਗੁਜ਼ਾਰ ਸਕਦੇ ਹਾਂ ਤਾਂ ਤਕਰੀਬਨ ਇੱਕ ਬਾੜੀ ਦੇ ਵਿੱਚ ਚਾਵਲ ਲਾਣ ਦਾ ਕਿਤਨੇ ਬੰਦਿਆਂ ਦੀ ਜ਼ਰੂਰਤ ਪੈਣੀ ਹੈ ਇਸ ਵੇਲੇ ਇੱਕ ਬਾੜੀ ਵਿੱਚ ਫਰਮਾ ਅਸੀਂ ਇਹ ਤਕਰੀਬਨ 2 ਕਨਾਲ ਦੇ ਲਗਭਗ ਡੋਗਾ ਇਸ ਵਕਤ ਠੀਕ ਹੈ ਇਹ ਅਸੀਂ 4-5 ਆਦਮੀ ਲੱਗੇ ਰਹੇ ਹਾਂ ਇਸ ਨੂੰ ਕਾਸ਼ਤ ਕਰਨ ਵਾਸਤੇ ਇਤਨੇ ਆਦਮੀ ਲੱਗਦੇ ਹਨ 5-6 ਆਦਮੀ ਲੱਗਦੇ
ਇਹ ਕਹਿ ਕਰ ਰਹੇ ਨੇ ਬੰਦੇ ਹੁਣ ਜਾਂ ਗ੍ਰਾਂ ਨੇ ਇੱਕ ਦੂਜੇ ਦੀ ਮਦਦ ਕਰਨੀ? ਨਾ, ਇੱਕ ਦੂਸਰੇ ਦੀ ਮਦਦ ਕਰਦੇ ਹਾਂ ਤਾਂ ਜੋ ਕਿ ਕਾਸ਼ਤ ਹੁੰਦੀ ਹੈ। ਸਿੰਗਲ ਇਨਸਾਨ ਤਾਂ ਬਰਦਾਸ਼ਤ ਕਰ ਹੀ ਨਹੀਂ ਸਕਦਾ ਇਸ 'ਤੇ ਖਿਆਜਾ, ਅਤੇ ਇਸ ਨੇ ਠੰਡਕ ਵੀ ਹੋਣੀ ਹੈ, ਇਹਨੀ ਪੈਰਾਂ 'ਚ ਚੜ੍ਹਨੀ ਜਿਹੜਾ ਪਾਣੀ ਜ਼ਾਹਿਰ ਹੈ, ਠੰਡਾ ਤਾਂ ਹੋਣਾ, ਸਰਦੀ ਲੱਗਦੀ ਹੈ, ਜ਼ੁਕਾਮ ਲੱਗਦਾ, ਉਸ ਤੋਂ ਬਾਅਦ ਸਰ ਦਰਦ ਹੋ ਜੁਲਦਾ, ਇਹ ਬਿਮਾਰੀ ਦੇ ਨਾਲ ਨਾਲ ਲੱਗੀ ਹੁੰਦੀ ਹੈ। ਅਤੇ ਇੱਥੇ ਨੇ ਬੰਦੇ ਜਿਹੜੇ ਰਹਿਣੇ ਲੈਣ, ਉਹਨਾਂ ਜ਼ਿਆਦਾ ਕਿਆ ਕੰਮ ਕਾਜ ਹੈ? ਇਹ ਖੇਤੀਬਾੜੀ 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 ਜ਼ਿਆਦਾਤਰ। ਦਾਨ ਚੰਦ ਵੀ ਰੱਖੇ ਹੋਏ ਨੇ? ਹਾਂ ਬਿਲਕੁਲ ਰੱਖੇ, ਦਾਨ ਰੱਖੇ ਹਨ, ਗਾਂ ਰੱਖੀ, ਗਾਏ ਰੱਖੀ ਹਨ, ਮੱਝਾਂ ਰੱਖੀਆਂ। ਅੱਛਾ, ਹਾਂ ਤਾਂ ਮੱਝਾਂ ਦੁੱਧ ਸ਼ੁੱਧ ਦੇਣੀਆਂ ਹਨ, ਤੇ ਦੁੱਧਾਂ ਤੋਂ ਬਗੈਰ ਮੱਝਾਂ ਨੂੰ ਕੀ ਕਰਨਾ, ਗੋਸ਼ਤ ਅਸੀਂ ਮੱਝਾਂ ਦਾ ਖਾਂਦੇ ਹੀ ਨਹੀਂ। ਚਲੋ ਚਲੋ ਬੜੀ ਇਹਨਾਂ ਨੂੰ ਮਹਿਮਾਨ ਨਵਾਜ਼ੀ ਤਾਂ ਕੋਈ ਨਾ ਹੈ ਜੀ, ਇੱਥੇ ਖਲੀ ਚੋ ਸੱਚਾ ਪਾਣੀ ਠੰਡਾ ਅਰਸ਼ਾ ਮੰਗਾਣੇ ਆ ਇਹਨਾਂ ਨੂੰ। ਬਿਲਕੁਲ, ਇਹ ਲੀਪਾ ਵੈਲੀ ਦੇ ਜਿਹੜੇ ਵਾਸੀ ਹਨ ਨਾ ਰਹਿਣ ਵਾਲੇ, ਮਹਿਮਾਨ ਨਵਾਜ਼ੀ ਵਿੱਚ ਇਨਸ਼ਾਅੱਲਾ ਨੰਬਰ 1 ਤਨ। ਅੱਛਾ, ਲੀਪਾ ਵੈਲੀ ਨੇ ਇਨਸ਼ਾਅੱਲਾ, ਕੋਈ ਮਹਿਮਾਨ ਵੀ ਆ ਜਾਵੇ, ਕਿਸੇ ਵਕਤ ਵੀ ਆ ਜਾਵੇ, ਇਨਸ਼ਾਅੱਲਾ ਜੋ ਘਰ ਵਿੱਚ ਅਵੇਲੇਬਲ ਚੀਜ਼ ਹੈ ਇਨਸ਼ਾਅੱਲਾ ਉਹ ਪੇਸ਼ ਕਰ ਸਕਦੇ। ਤੱਕੋ ਜੀ, ਕਸ਼ਮੀਰ ਨੇ ਬੰਦਿਆਂ ਨੇ ਖਾਸ ਕਰੀ ਲੀਪਾ ਵੈਲੀ ਨੇ ਬੰਦਿਆਂ ਨੂੰ ਮਹਿਮਾਨ ਨਵਾਜ਼ੀ ਨਹੀਂ ਪੇਸ਼ਕਸ਼। ਤੱਕੋ ਅਸਾਂ ਅੱਗੇ ਹਾਲੇ ਹੋਰ ਏਰੀਏ ਡਿਸਕਵਰ ਕਰੇ, ਨਾ ਹਰ ਚੀਜ਼ ਇਨਸ਼ਾਅੱਲਾ ਤੁਹਾਨੂੰ ਹੱਥਾਂ ਸਾ ਖਿਦਮਤ ਕਰ ਸਾਂ। ਤੇ ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਜਨਾਬ, ਇਨਸ਼ਾਅੱਲਾ ਤੁਸੀਂ ਜਿਸ ਵਕਤ ਵੀ ਆਓ ਬਨਾਮੂਲਾ ਆਓ ਜੀ, ਇਹ ਅਸਾਂ ਲਿੰਕ ਰੋਡ ਜਾਂਦੀ ਹੈ ਜੀ, ਜੀ ਕਿਸੇ ਕੋਲੋਂ ਪੁੱਛ ਲਓ ਕਿ ਮੁਮਤਾਜ਼ ਦਾ ਘਰ ਕਿਹੜਾ ਹੈ, ਗੁਲਾਮ ਅਹਿਮਦ ਭੱਟ ਸਾਹਿਬ ਦਾ ਘਰ ਕਿਹੜਾ ਹੈ, ਮੁਹੰਮਦ ਅਸਦ ਆਪਣਾ ਮਕਸੂਦ ਲੋਨ ਸਾਹਿਬ ਦਾ ਘਰ ਕਿਹੜਾ ਹੈ, ਅਪਰੋਚੇਬਲ ਜਗ੍ਹਾ ਹੈ, ਠੀਕ ਹੈ। ਤੁਸੀਂ ਗੱਡੀ ਅਸਾਂ ਦੇ ਘਰਾਂ ਕੋਲ ਲਾ ਸੋ, ਇਨਸ਼ਾਅੱਲਾ ਜਿਸ ਵਕਤ ਵੀ ਕੋਈ ਕਮੀ ਬੇਸ਼ੀ ਹੋਈ ਤੁਸੀਂ ਆ ਜਾਓ, ਅਸੀਂ ਤੁਹਾਡੀ ਖਿਦਮਤ ਵਾਸਤੇ ਪੇਸ਼ ਪੇਸ਼ ਹਾਂ। ਤੱਕੋ ਜੀ, ਇਹਨਾਂ ਨਾਲ ਪਿਆਰ ਮੁਹੱਬਤ ਕੇ ਕਿਸ ਤਰ੍ਹਾਂ ਕਿਤਨਾ ਇਹ ਪਿਆਰ ਕਰਨ ਵਾਲੇ ਬੰਦੇ ਨੇ। ਤਾਂ ਮਜ਼ੀਦ ਇਨਸ਼ਾਅੱਲਾ ਟੂਰਿਸਟ ਇੱਧਰ ਅੱਛੋ ਤਾਂ ਇਹਨਾਂ ਨਾਲ ਜ਼ਰੂਰ ਮਿਲਿਆ ਜਦੋਂ ਵੀ ਆਇਓ, ਤਾਂ ਬਹੁਤ ਹੀ ਤੁਸਾਂ ਨੂੰ ਮਹਿਮਾਨ ਨਵਾਜ਼ੀ ਇਹ ਕਰ ਸਕਣ, ਬਹੁਤ ਸ਼ੁਕਰੀਆ। ਬਜ਼ੁਰਗੋ, ਕਿਤਨੀ ਉਮਰ ਹੈ ਤੁਸਾਂ ਦੀ? 70 ਹੈ ਜੀ। 70 ਸਾਲ ਨੇ? ਤੱਕੋ ਜੀ ਬਜ਼ੁਰਗ, ਮਾਸ਼ਾਅੱਲਾ, ਤਾਂ ਸਾਡੀ ਸਾਈਡ ਦਾ ਬਜ਼ੁਰਗ 70 ਸਾਲ ਨੇ, ਖੁੰਡੀਆਂ ਪੌੜੀਆਂ ਬਹਿ ਗਏ, ਤਾਂ ਤੱਕੋ ਠੱਡੇ ਪਾਣੀਆਂ 'ਚ ਚਾਵਲ ਲਾਉਣ ਲੱਗੇ ਹੋਏ, ਤਾਂ ਸਰਦੀ ਸਰਦੀ ਕੌਣ ਲੱਗਣੀ? ਮਾਸ਼ਾਅੱਲਾ ਕੋਈ ਨਹੀਂ ਲੱਗਣੀ। ਕਿਆ ਬਾਤ ਹੈ ਬਜ਼ੁਰਗੋ ਜੀ, ਤੱਕੋ ਜੀ ਬੱਚੇ ਬੁੱਢੇ, ਮੈਂ ਨਾ ਸਹੀ ਰੌਣਕ ਲੱਗੀ ਹੈ। ਬਜ਼ੁਰਗਾਂ ਦੀ ਸਪੀਡ ਨਿੱਕਿਆਂ ਨਾਲੋਂ ਵੀ ਤੇਜ਼ ਹੈ, ਲਾਣੇ ਨੀ ਚਾਵਲ, ਮੈਂ ਨਾ ਕਿਆ ਬਾਤ ਹੈ ਜੀ। ਇਹ ਚਾਵਲ ਆਉਂਦੇ ਕਿੱਥੋਂ ਨੇ, ਲਾਣੇ ਦਾ ਘਾਹ ਜਿਹੜਾ ਵਾ ਇਹ ਜ਼ਾਤੀ ਅਸੀਂ ਮੈਂ ਪੈਦਾਵਾਰ ਕਰਦੇ ਹਾਂ, ਬੀਜ ਲਿਆ ਘਾਹ। ਅੱਛਾ, ਆਪਣਾ ਆਪਣਾ ਪੈਦਾ ਕਰਨ, ਠੀਕ 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 ਠੀਕ। ਲਓ ਜੀ ਜਨਾਬ, ਹੁਣ ਤੁਸੀਂ ਦੱਸ ਰਿਹਾ ਜਿੱਥੇ ਦਾਂਦਾਂ ਨੇ ਨਾਲ ਜ਼ਮੀਨ ਫਿਰ ਨਰਮ ਕਰਨ ਲੱਗੇ ਨੇ, ਇੱਥੇ ਹੁਣ ਚਾਵਲ ਲਾਸਣ, ਤਾਂ ਅੱਛੋ ਹਾਂ ਜਨਾਬ ਕੈਮਰਾ ਹਨ ਸਾਹਿਬ, ਅਤੇ ਬਹੁਤ ਹੀ ਮੁਸ਼ਕਲ ਕੰਮ ਹੈ, ਕੋਈ ਸੌਖਾ ਜਿਹਾ ਕੰਮ ਨਹੀਂ। ਚਿਕੜਿਆਂ ਦੇ ਵਿੱਚ ਆਪੇ ਨਹੀਂ ਟੋਰਨ ਹੋਣਾ ਬੰਦੇ ਕੋਲ, ਤਾਂ ਦਾਂਦਾਂ ਹੀ ਟੋਰਨਾ, ਨਾਲ ਆਪੇ ਟੋਰਨਾ, ਨਾਲ ਅੱਲਾ ਕੀ ਟੋਰਨਾ, ਬਹੁਤ ਹੀ ਹਾਰਡ ਕੰਮ ਹੈ। ਔਖਾ ਕੰਮ ਨਹੀਂ, ਦਾਂਦਾਂ ਦਾ ਜ਼ਿਆਦਾ ਮੁਸ਼ਕਲ ਹੈ ਜਾਂ ਤੁਸਾਂ ਤਾਂ ਟੁਰਨਾ? ਅੱਛਾ, ਕੈਮਰਾਮੈਨ ਅੱਛੋ ਥੋੜ੍ਹਾ ਥੱਲਾ ਚਾਚੇ ਹੋਰਾਂ ਨੂੰ ਵਿਊ ਕਰਾਉਣ ਦਾ, ਹੁਣ ਸਾਡੇ ਬਿਲਕੁਲ ਨਾ ਕੋਲੂ ਇਹ ਟਰਨ ਕਰਨ ਲੈਣ ਵਾਪਸ, ਤਾਂ ਬੜਾ ਇਹੀ ਮੁਸ਼ਕਲ ਹੈ, ਦਾਂਦਾਂ ਵਾਸਤੇ ਕਹਿ ਤਾਂ ਬੰਦੇ ਵਾਸਤੇ ਕਹਿ। ਇਹ ਕਿਤਨੀ ਦੇਰ ਦਾਂਦ ਫਿਰ ਸੋ ਇੱਥੇ? ਅੱਛਾ, ਅੱਧੇ ਘੰਟੇ ਜੇ ਤਿਆਰ ਹੋਈ ਅਸੀਂ ਮੁੜ ਕੇ ਇੱਥੇ ਚਾਵਲ ਲੱਗ ਸਨ ਫਿਰ। ਅੱਛਾ, ਜਿਸ ਤਰ੍ਹਾਂ ਉੱਥੇ ਲਾਏ ਰਹੇ ਨੇ, ਇਹ ਤਾਂ ਜਨਾਬ ਇਸ ਤਰ੍ਹਾਂ ਚਾਵਲ ਇੱਥੇ ਲੀਪਾ ਵੈਲੀ 'ਚ ਲੱਗਣੇ ਨੇ। ਇਹ ਤਾਂ ਕੋ ਕਸ਼ਮੀਰ ਦੀ ਸਕਾਫਤ ਵੀ ਹੈ, ਇਹ ਬਹੁਤ ਬੜਾ ਕਲਚਰ ਹੈ ਕਸ਼ਮੀਰ ਨਾਲ, ਜਿਹੜਾ ਅੱਜ ਵੀ ਇਹਨਾਂ ਬੰਦਿਆਂ ਜ਼ਿੰਦਾ ਰੱਖਿਆ ਵੈ। ਤਾਂ ਆਈਓ ਇਨਸ਼ਾਅੱਲਾ, ਤਾਂ ਜੁਲਨੇ ਅੱਗੇ ਮਜ਼ੀਦ ਲੀਪਾ ਵੈਲੀ ਕੀ ਕਵਰ ਕਰਨੇ।
ਹੁਣ ਅਸਾਂ ਇੱਕ ਜਗ੍ਹਾ ਖਲਤੇ ਆ, ਬੜੀ ਖੂਬਸੂਰਤ ਜਗ੍ਹਾ ਵਾ ਤੱਕਣੇ, ਉਹ ਸੋ ਪਹਾੜ ਵੀ ਬੜੇ ਸੋਹਣੇ, ਪਾਣੀ ਬੜਾ ਸੋਹਣਾ ਜਾ ਰਿਹਾ ਵਾ ਪੁਲਾਂ ਥੱਲੋਂ। ਅਸਾਂ ਸੋਚਿਆ ਥੋੜ੍ਹਾ ਗੱਡੀ ਨੇ ਵਿੱਚ ਪਾਣੀ ਪਾਈ ਕੇ ਨਾ, ਕਿਉਂਕਿ ਪਾਣੀ ਦੋ ਇੱਕ ਦੋ ਦਿਹਾੜੇ ਹੋਏ ਇਹਨੂੰ ਨਹੀਂ ਪਾਇਆ ਇਸਨੇ ਵਿੱਚ। ਦੇਖੋ ਜਨਾਬ, ਕੁਦਰਤੀ ਤੌਰ ਨੇ ਉੱਪਰ ਪਾਣੀ ਆ ਹੀ ਰਿਹਾ ਵਾ। ਅਸਾਂ ਇਹ ਗੱਡੀ ਕੀ ਵੀ ਠੱਡਾ ਕਰਾਂ, ਨਜ਼ਰ ਮਾਰੋ ਜੀ, ਲੀਪਾ ਵੈਲੀ ਨਾਲ ਸਮੋਸਾ ਵਿੱਚੋਂ ਨਜ਼ਰ ਮਾਰੋ।
ਲਓ ਜੀ ਜਨਾਬ, ਅਸਾਂ ਇੱਕ ਖਲਤੇ ਆ ਗੈਸਟ ਹਾਊਸ ਐਂਡ ਰੈਸਟੋਰੈਂਟ ਆ, ਪਰ ਕਿਆ ਨਾਂ ਇਸ ਨਾਮ? ਵੀਨਸ ਗੈਸਟ ਹਾਊਸ ਇਸ ਨਾਲ ਨਾਮ ਹੈ। ਤੇ ਅਸਾਂ ਚਾਹ ਪੀਣੇ ਨੇ, ਇੱਥੇ ਪ੍ਰੋਗਰਾਮ ਹੈ, ਤਾਂ ਅੱਛਾ ਤੁਸੀਂ ਕਿਸੇ ਦਾ ਵਿਊ ਕਰਵਾ, ਇਹਦਾ ਫਰੰਟ ਵਿਊ ਕਰੋ। ਹਾਂ, ਬਾੜੀਆਂ ਲੀਪਾ ਵੈਲੀ ਨੀ ਸਭ ਤੋਂ ਖੂਬਸੂਰਤ ਚੀਜ਼ ਹੈ ਇਹ, ਕਿ ਇੱਥੇ ਜਿਹੜੀਆਂ ਇਹ ਚਾਵਲ ਜ਼ਿਆਦਾ ਲੱਗਣੇ, ਨਾ ਤਾਂ ਬਾੜੀਆਂ ਇਸ ਵੇਲੇ ਜਿਹੜੀਆਂ ਤਿਆਰ ਕਰਨ ਲੱਗੇ ਨੇ। ਆਓ ਜੀ ਜਨਾਬ, ਚਾਹ ਵੀ ਆਈ ਗਈ ਹੈ, ਔਰ ਨਾਲ ਤੁਸੀਂ ਨਜ਼ਾਰਾ ਅਗਰ ਤੱਕੋ ਨਾ ਤਾਂ ਮੈਂ ਐਂਡ ਹੋ ਜਾਣੀ ਹੈ ਖੂਬਸੂਰਤੀ, ਨਾਲ ਠੰਡੀ ਠੰਡੀ ਹਵਾ, ਪਿੱਛੇ ਪਹਾੜਾਂ ਪਰ ਬਰਫ਼ ਪਈ ਗਿਆ, ਉਹਨਾਂ ਨੇ ਉੱਥੇ ਵਿਊ ਕਰਾਉਣੇ ਆ, ਇਨਸ਼ਾਅੱਲਾ ਡਰੋਨ ਵਿਊ ਵੀ ਇਸ ਜਗ੍ਹਾ ਨਾਲ ਕਰਾਉਣੇ ਆ। ਆਹਾ ਹਾ 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 ਹਾ, ਚਾਹ ਨਾ ਕਿਆ ਹੀ ਮਜ਼ਾ ਜਨਾਬ। ਅਸਾਂ ਹੁਣ ਲੀਪਾ ਵੈਲੀ 'ਚ ਕਾਫ਼ੀ ਅਗਲੀ ਸਾਈਡ ਆਈ ਗਏ ਹਾਂ, ਠੀਕ ਹੈ। ਇੱਥੇ ਅਸਾਂ ਖਲਤੇ ਹਾਂ, ਅਸਾਂ ਹਾਂ ਇੱਥੋਂ ਤੁਸੀਂ ਕਿ ਪਹਿਲੇ ਡਰੋਨ ਵਿਊ ਕਰਵਾਉਣੇ ਆ, ਜਿਹੜੀਆਂ ਬਾੜੀਆਂ ਥੱਲੇ ਜਿਹਨਾਂ ਚਾਵਲ ਲੱਗੀ ਰਿਹਾ ਇਸਲੇ, ਉਹਨਾਂ ਨੇ ਵਿਊ ਕਰਵਾਉਣੇ ਆ। ਇਸ ਤੋਂ ਇਲਾਵਾ ਇੱਥੇ ਇਤਨਾ ਹੀ ਖੂਬਸੂਰਤ ਮੰਜ਼ਰ ਹੈ ਨਾ, ਉੱਪਰ ਪਹਾੜਾਂ ਨੇ ਸਾਹਮਣੇ ਤੱਕਣੇ ਉਸ, ਕਿਤਨੀ ਸੋਹਣੀ ਬਰਫ਼ ਪਈ ਹੋਈ ਹੈ ਇਸ ਟਾਈਮ। ਇਸ ਤੋਂ ਇਲਾਵਾ ਇਹ ਘਰਾਂ ਨਾਲ ਵਿਊ ਤੱਕਣੇ ਉਸ, ਮੈਣਾ ਜੀ ਕਿ ਵਿਊ ਨਹੀਂ ਜਿਹੜੀ ਐਂਡ ਹੈ ਨਾ, ਮੈਣਾ ਇਤਨਾ ਸੋਹਣਾ ਵਿਊ, ਸਪੈਸ਼ਲੀ ਜਿਹੜੀਆਂ ਫੀਲਡਸ ਹਨ ਨਾ ਇਹ ਬਾੜੀਆਂ, ਇਹ ਬਹੁਤ ਜ਼ਿਆਦਾ ਵਿਊ ਖਿਚਾਉਣੀਆਂ ਹਨ ਲੀਪਾ ਵੈਲੀ ਨੇ ਵਿੱਚ ਨਾ, ਬਹੁਤ ਸੋਹਣੀ ਵੈਲੀ ਹੈ। ਮੈਂ ਇਸ ਤੋਂ ਪਹਿਲੇ ਨਹੀਂ ਸੀ ਤੱਕੀ, ਫੋਟੋ ਇਸ ਨੇ ਤੱਕੇ ਸਨ, ਲੇਕਿਨ ਅੱਜ ਆਪਣੀਆਂ ਅੱਖਾਂ ਨਾਲ ਤੱਕਣ ਲੱਗਿਆ ਤਾਂ ਮੈਂ ਨਾ ਮੈਂ ਇਸ ਬਿਆਨ ਨਾ ਕਰ ਸਕਾਂ ਇਸਦੀ ਖੂਬਸੂਰਤੀ ਨੇ, ਇੰਤਹਾ ਇਸ ਨੇ। ਲਓ ਜੀ ਜਨਾਬ, ਹੁਣ ਅਸਾਂ ਇੱਕ ਨਵੀਂ ਜਗ੍ਹਾ ਪੁੱਜੇ ਹਾਂ, ਇੱਥੇ ਲੀਪਾ 'ਚ ਅਸਾਂ ਅਗਲੀ ਸਾਈਡ ਆਈ ਰਹੇ ਹਾਂ। ਸਪੈਸ਼ਲੀ ਮੈਂ ਸ਼ੌਕ ਸੀ ਇੱਥੇ ਇੱਕ ਨਵੇਂ ਡਿਜ਼ਾਇਨ ਨਹੀਂ ਪਾਉਣੀਆਂ ਨਾ ਚੱਲਣ ਲਈ ਚੱਕੀ ਹੈ, ਜਿਹੜੀ ਇੱਕ ਵਾਰ ਮੈਂ ਪਹਿਲੇ ਦੱਸੀ ਸੀ ਉਹ ਹੈ ਜੀ ਨਹੀਂ, ਇੱਕ ਹੋਰ ਨਵੇਂ ਰੰਗ ਨੀ। ਬੈਕਗਰਾਊਂਡ ਵਿਊ ਵੀ ਤੁਹਾਨੂੰ ਮਾਸ਼ਾਅੱਲਾ ਤੱਕਣੇ ਉਸ, ਕਿਤਨਾ ਸੋਹਣਾ। ਆਓ ਤੁਸੀਂ ਦੱਸਣਾ, ਬੜੀ ਸਪੀਡੀ ਇੱਥੋਂ ਦਰਿਆ ਚੱਲੀ ਰਿਹਾ, ਔਰ ਉਸ ਚੱਕੀ ਨਾਲ ਵਿਊ ਕਰਵਾਉਣਾ, ਜਿਹੜੀ ਬਹੁਤ ਹੀ ਜ਼ਬਰਦਸਤ ਸਟਾਈਲ ਨਹੀਂ ਹੈ, ਪੁਰਾਣੇ ਜ਼ਮਾਨੇ ਦੀ ਚੱਕੀ। ਆਓ ਜੀ, ਅਸਾਂ ਹੁਣ ਇਸ ਚੱਕੀ ਲਈ ਸੈਰ ਜਾ ਰਹੇ ਹਾਂ, ਤੱਕਣੇ ਉਸ ਪਾਣੀ ਪਿਆ ਜਾਣ ਲੱਗਿਆ ਇਸ ਚੱਕੀ ਨੇ ਵਿੱਚ, ਥੱਲੇ ਜੁਲਸਾਂ ਤਾਂ ਦੱਸਾਂ ਨਵੇਂ ਡਿਜ਼ਾਇਨ ਨੇ ਚੱਕੀ।
ਇੱਥੋਂ ਢਲਨੇ ਆ ਥੱਲੇ ਤਾਂ ਤੁਸਾਂ ਕੀ ਦੱਸਣੇ ਆ। ਇਹ ਜਿਹੜੇ ਤੱਕਣ ਲੱਗੇ ਹੋ ਨਾ, ਇਹਨਾਂ ਨੇ ਵੀ ਚੁਪਿਆ ਪਾਣੀ ਜਾਣ ਲੱਗੇ ਆ ਇਸ ਚੱਕੀ ਨੇ ਅੰਦਰ। ਇੱਥੇ ਅੱਜ ਵੀ ਕਸ਼ਮੀਰ ਨੇ ਉਹ ਪੁਰਾਣੀ ਸਕਾਫਤ ਰਵਾਇਤ ਜ਼ਿੰਦਾ ਹਨ ਜਿਹੜੀਆਂ ਕਈ ਸੌ ਸਾਲ ਤੋਂ ਪਿਛਲੇ ਤੋਂ ਆਈ ਰਹੀਆਂ ਹਨ। ਇਹ ਤੱਕੋ ਜਿੱਥੇ ਪਾਣੀ ਜਾ ਹੀ ਰਿਹਾ, ਇਹ ਤੱਕੋ ਜਨਾਬ ਪਾਣੀਆਂ ਨਾਲ ਚੱਲੀ ਰਹੀ ਆ ਚੱਕੀ। ਇਹ ਤੱਕੋ ਜੀ ਅਸਾਂ ਜਨਾਬ ਇੱਥੇ ਅੰਦਰ ਆਈ ਗਏ ਜਿੱਥੇ ਵਿੱਚ ਚੱਕੀ ਚੱਲਣ ਲੱਗੀ ਆ, ਤੱਕਣ ਲੱਗਿਆ ਉਸ ਆਟਾ ਵੀ ਕੱਢ ਰਹੀ ਹੈ ਤਾਂ ਬਜ਼ੁਰਗਾਂ ਨਾਲ ਗੱਲ ਕਰ ਰਹੇ ਹਾਂ। ਕਿਆ ਨਾਮ ਸੁਣਾ? ਮੇਰਾ ਗੁਲਾਮ ਮੁਸਤਫਾ। ਤੇ ਇਸ ਲਈ ਕਿਆ ਪੇ ਪੀਣ ਲੱਗੇ ਵੇ? ਜਿਹੜੇ ਮੱਗ ਲਾਈ ਹੈ ਮੱਗ ਮੱਕੀ। ਤੇ ਇਹ ਕਿਤਨੇ ਗਰਸਾ ਪੁਰਾਣੀ ਚੱਕੀ ਹੈ? ਇਹ ਤਕਰੀਬਨ 100 ਸਾਲ ਦੇ ਕਰੀਬ ਗਰੀਬ ਹੈ, 100 ਸਾਲ ਦੇ ਉੱਤੇ ਜਾ ਰਹੀ ਹੈ, ਬਲਕਿ ਪੁਰਾਣੀ ਹੈ, ਯਾਨੀ ਕਿ ਅਰਸਾ ਬਹੁਤ ਬਹੁਤ ਅਰਸੇ ਦੀ ਪੁਰਾਣੀ ਹੈ। ਲੇਕਿਨ ਬਣਾ ਕੇ ਦੁਬਾਰਾ ਅਸੀਂ ਚੜ ਰਹੇ ਹਾਂ, ਲੇਕਿਨ ਚੱਕੀ ਜਗ੍ਹਾ ਜਿਹੜੀ ਹੈ ਬਹੁਤ ਪੁਰਾਣੀ ਜਾ ਰਹੀ ਹੈ। ਤੇ ਇਹ 12 ਮਹੀਨੇ ਚੱਲੀ ਰਹਿਣੀ ਹੈ ਜਾਂ ਬਰਫ ਬੰਦ ਹੋ ਜਾਣੀ? ਨਹੀਂ ਨਹੀਂ, ਅਸਾਂ ਦੀ ਜਿਹੜੀ ਇਹ ਜਗ੍ਹਾ ਹੈ ਚੜ੍ਹਨੀ ਹੈ ਜਿਹੜੀ ਹੈ ਇਹ ਮਕਾਮ ਨਾਲ 12 ਮਹੀਨੇ ਚੱਲਣ ਵਾਲਾ। ਇਸ ਵਿੱਚ 4-5-6 ਗ੍ਰਾਂਟ ਜਿਹੜੇ ਹੈ ਇਲਾਕਾ ਨਾਲ ਲੱਗਦਾ ਹੈ, ਬਾਕੀ ਇਲਾਕੇ ਦੇ ਵਿੱਚ ਪਾਣੀ ਖਤਮ ਹੋ ਜਾਂਦਾ, ਉਹ ਚੱਕੀ ਬੰਦ ਹੋ ਜਾਣੀ। ਇਹ ਮੁਕੰਮਲ 12 ਮਹੀਨੇ ਚੱਲਦੀ ਹੈ ਸਾਡੀ। ਤੇ ਜਿਹੜਾ ਇੱਕ ਹੋਰ ਉਹ ਥੱਲੇ ਪੱਖਾ ਜਿਹਾ ਨਜ਼ਰ ਆਈ ਰਿਹਾ ਵਾ, ਉਹ ਕਿਆ ਵਾ? ਉਹ ਇੱਥੇ ਪੱਖਾ ਉਹ ਲੱਕੜ ਦਾ ਬਣਿਆ ਹੋਇਆ, ਨਾਲ ਹੀ ਉਹ ਇਹਨੂੰ ਚਲਾ ਰਿਹਾ ਥੱਲੇ ਪਾਣੀ ਜਿਹੜੀ ਜਿਹੜਾ ਅੱਗੇ ਉਹ ਚਾਵਲਾਂ ਵਾਲਾ ਅੱਗੇ ਵਾਲਾ ਜਿਹੜਾ ਹੈ। ਅੱਛਾ, ਉਸ ਨਾਲ ਕਿਆ ਹੋਣਾ? ਚਾਵਲ ਉਸ ਵਿੱਚ ਨਾਲੇ ਮੁੰਜੀ ਲੋਕ ਚਾਵਲ ਆਂਦਨ ਤਿਆਰ ਕਰਕੇ ਸੁਕਾ ਕੇ ਉਸਦੇ ਬਾਅਦ ਅਸੀਂ ਉਹਨਾਂ ਨੂੰ ਤਿਆਰ ਕਰਕੇ ਦਿੰਦੇ ਹਾਂ, ਉਸਦੇ ਸਾਨੂੰ 15 ਮਿੰਟ ਬਾਅਦ ਮਿਲਦਾ ਹੈ। ਅੱਛਾ, ਉਹ ਚਾਵਲ ਕੱਢਣੇ ਵਾਸਤੇ? ਹਾਂ, ਉਹ ਚਾਵਲ ਕੱਢਣ ਵਾਸਤੇ ਸਰ। ਤੇ ਇੱਥੇ ਦੀ ਜ਼ਿੰਦਗੀ ਨੇ ਬਾਰੇ ਕਿਆ ਸਮਝਣੇ ਹੋ? ਖੁਸ਼ ਹੋ ਇੱਥੇ ਦੀ ਜ਼ਿੰਦਗੀ? ਅਸੀਂ ਖੁਸ਼ ਹਾਂ, ਅਸਾਂ ਦੇ ਬਾਪ ਦਾਦਾ ਇਹਦੇ ਗੁਜ਼ਰ ਗਿਆ, ਅਸੀਂ ਆਪਣੀ ਜਗ੍ਹਾ ਤੇ ਖੁਸ਼ ਹਾਂ। ਖੁਸ਼ ਹੋ ਇੱਥੇ? ਹਾਂ, ਖੁਸ਼ ਹਾਂ। ਅੱਜ ਗਰਮੀ ਵੀ ਸਰਦੀ ਵੀ ਸਾਨੂੰ ਇੱਕ ਹੀ ਜੈਸਾ ਦਾਣੇ ਕਿਸ ਤਰ੍ਹਾਂ ਵੀ ਸੱਟਣ ਲੱਗੀ ਵੀ ਹੈ, ਥੋੜੇ 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 ਨਾਲ ਆ ਤੱਕੋ ਆਟਾ ਇਹ ਮੱਕਾ ਨਾਲ ਆਟਾ ਨਾਲ ਹੀ ਪੀਣ ਹੋਣ ਲੱਗੇ ਆ ਵੈ। ਇਹ ਦੇਖੋ ਇਹ ਜਨਾਬ ਦੂਈ ਚੱਕੀ ਹੈ, ਇਸ ਕੀ ਭੈਕੋ ਆਹਣੇ ਨੇ। ਇਹ ਚਾਵਲਾਂ ਜਿਹੜੀ ਮੂੰਜੀ ਹੋਣੀ ਹੈ ਨਾ, ਇਹ ਉਸਨੇ ਉੱਪਰ ਜਾਈਗਾ ਲੱਗਣੀ ਹੈ ਤੇ ਚਾਵਲ ਕੱਢਣੀ ਹੈ, ਚਾਵਲ ਕੱਢਣੀ ਹੈ ਉਹ ਵੀ ਤੁਸਾਂ ਕੀ ਨਾ ਅਸਾਂ ਦੱਸਣੇ ਆ।
ਤੱਕਣੇ ਸੋ ਪਿੱਛਾ ਪੱਖਾ ਲੱਗੇ ਆ ਕਿਸ ਤਰ੍ਹਾਂ ਇਹ ਪੌਣੀਆਂ ਨੇ ਜ਼ੋਰਾਂ ਨੇ ਉੱਪਰ ਚੱਲਣੀ ਹੈ ਇੱਥੇ ਕੋਈ ਤਿੰਨ ਚਾਰ ਲੱਗੀਆਂ ਹਨ ਚੱਕੀਆਂ ਉੱਪਰ ਆਟਾ ਹੋਈ ਤਾਂ ਮੱਖ ਪੀਣੇ ਵਾਸਤੇ ਅਤੇ ਥੱਲੇ ਚਾਵਲ ਪੀਣੇ ਵਾਸਤੇ ਬਸ ਇਹ ਤੱਕਣੇ ਸੋ ਕਿਸ ਤਰ੍ਹਾਂ ਇੱਥੇ ਅੱਛੀ ਗੱਲ ਲੱਗਣਾ ਵਿੱਚ ਇਹ ਚਾਵਲ ਪੇ ਕੱਢਣ ਲੱਗੇ ਨੇ ਇਹ ਦੱਸੋ ਹੁਣ ਜਨਾਬ ਅਸਾਂ ਜਾ ਰਹੇ ਹਾਂ ਅੱਗੇ ਮੰਡਾ ਕੁਲੀ ਬੇਲਾ ਤਾਂ ਅੱਗੇ ਹੁਣ ਰੋਡ ਟੋਟਲੀ ਨਾ ਤਕਰੀਬਨ ਕੱਚੀ ਆਈ ਗਈ ਹੈ ਤੁਸੀਂ ਵਿਊ ਕਰਵਾਉਣੇ ਆ ਆਖਰਕਾਰ
ਜੰਗਲਾਂ ਦੇ ਵਿੱਚ ਹੋਣੇ ਕੱਚੀ ਸੜਕਾਂ ਪਰੇ ਮੰਡੀ ਕੁਲਾ ਬੇਲਾ ਇਸ ਤਰ੍ਹਾਂ ਇਸ ਜਗ੍ਹਾ ਕੀ ਆਉਣੇ ਮਰ ਦੋਸਤੇ ਸਹੀ ਨਾ ਪਤਾ ਇਹ ਅਸਾਂ ਲੀਪਾ ਵੈਲੀ ਸਾਰੀ ਕ੍ਰਾਸ ਕਰਨੇ ਲੈਣੇ ਹਾਂ ਇੱਥੇ ਇਹ ਜਿਹੜੇ ਦਰਖਤ ਪਿੱਛੇ ਤੱਕਣ ਲੱਗੇ ਉਹ ਦਿਆਰਿਆਂ ਨੇ ਇਸ ਤੋਂ ਇਲਾਵਾ ਤੱਕਣੇ ਉਸ ਕਿਤਨੀਆਂ ਸੋਹਣੇ ਅੰਦਾਜ਼ ਵਿੱਚ ਨਾ ਗਾਈਆਂ ਪੀਆਂ ਚੁਗਣ ਲੱਗੀਆਂ ਹਨ ਇਹ ਰੀਅਲ ਕਸ਼ਮੀਰ ਹੈ ਅਸਲ ਕਸ਼ਮੀਰ ਹੈ ਮੈਂ ਆਉਣਾ ਇੱਕ ਵਾਰ ਸਕੂਨ ਆ ਗਿਆ ਇਸ ਜਗ੍ਹਾ ਮੈਂ ਬਿਆਨ ਨਾ ਕਰ ਸਕਣਾ ਕਿ ਕਿਤਨੀ ਹੀ ਸੋਹਣੀ ਹੈ ਜਗ੍ਹਾ ਤਾਂ ਇੱਥੇ ਜਨਾਬ ਜ਼ਰੂਰ ਮੈਂ ਆਖਸਾਂ ਕਿ ਟੂਰਿਸਟ ਹਜ਼ਰਾਤ ਅੱਛੋ ਔਰ ਇਸ ਲੀਪਾ ਵੈਲੀ ਵਿਜ਼ਿਟ ਕਰੋ ਔਰ ਇਸ ਬੇਲੇ ਦੇ ਵਿੱਚ ਵੀ ਲਾਜ਼ਮੀ ਅੱਛੋ ਅਤੇ ਇੱਥੇ ਤਾਂ ਮੈਂ ਕੈਂਪਿੰਗ ਵੀ ਬੰਦਾ ਕਰੀ ਸਕਣਾ ਬਹੁਤ ਹੀ ਮਜ਼ੇਦਾਰ ਮੌਸਮ ਹੈ ਇਸ ਲਈ ਕਦੇ ਧੁੱਪ ਤਾਂ ਕਦੇ ਚੜ੍ਹ ਤਾਂ ਬਾਰਿਸ਼ਾਂ ਲਸੀਨ ਕੋਣੀ ਲੇਕਿਨ ਖਾਸ ਕਰੀ ਕਹਿਣਾ ਮਿੱਕੀ ਇਹਨਾਂ ਗਈਆਂ ਨਾਲ ਵਿਊ ਬਹੁਤ ਜ਼ਿਆਦਾ ਪਿਆ ਸੋਹਣਾ ਲੱਗਣ ਲੱਗੇ ਆ ਵੈ ਲਓ ਜੀ ਜਨਾਬ ਇੱਥੇ ਇਸ ਬੇਲੇ ਨੇ ਵਿੱਚ ਫੁੱਲ ਸਹੂਲਤ ਹੈ ਜਨਾਬ ਚਾਹ ਤਾਂ ਹੋਰ ਕਿਆ ਕਿਆ ਰੌਣਕਾਂ ਮੈਂ ਘੱਟ ਘੱਟ ਹੀ ਲੱਭਸਣ ਲਓ ਜੀ ਜਨਾਬ ਮੈਂ ਤਾਂ ਕਾਵੇ ਨਾ ਸੀਨ ਇੰਨੇ ਵਾਸਤੇ ਇੱਥੇ ਖਲਤ ਆਵਾਂ ਲੇਕਿਨ ਆਣੇ ਬਾਈ ਮੈਂ ਜਾਣਨਾ ਕਿਸ ਤਰ੍ਹਾਂ ਜਾਣਨੇ ਹੋ ਮਿੱਕੀ ਜਨਾਬ ਭਾਈ ਮੈਂ ਆਪਕੋ ਫੇਸਬੁੱਕ ਤੇ ਦੇਖਿਆ ਹੈ ਠੀਕ ਹੈ ਯੂਟਿਊਬ ਪੇ ਆਪਕਾ ਚੈਨਲ ਹੈ ਉਸ ਪੇ ਵੀ ਮੈਂ ਆਪਕੋ ਦੇਖਿਆ ਹੈ ਕਿਹੜੀ ਵੀਡੀਓ ਜ਼ਿਆਦਾ ਤੱਕੀਆਂ ਨੇ ਵੀਡੀਓ ਤੁਸੀਂ ਜ਼ਿਆਦਾਤਰ ਮੰਗਲਾ ਡੈਮ ਨਹੀਂ ਤੱਕੀਆਂ ਅੱਛਾ ਜੀ ਉਹ ਤੁਸੀਂ ਨੇ ਜ਼ਿਆਦਾਤਰ ਜਿਹੜੀ ਤੁਸੀਂ ਵੀਓ ਦਿਖਾਣਾ ਸੋ ਮਸਜਿਦ ਨਾ ਵੀਓ ਕਿਉ ਆ ਗਏ ਹਾਂਜੀ ਇਹ ਜਿਹੜੇ ਉਹ ਨਹੀਂ ਕਾਰ ਟੱਠੇ ਸਨ ਮੰਗਲਾ ਡੈਮ ਦੇ ਵਿੱਚ ਡੁੱਬੇ ਸਨ ਵੀਓ ਦੇਖਣ ਦਸਾਂ ਪਸੰਦ ਕਰ ਰਹੇ ਹੋ ਵੀਡੀਓ ਬਹੁਤ ਬਹੁਤ ਵੀਡੀਓ ਆਪਕੀ ਲਾਈਕ ਕਰਤੇ ਹਨ ਇਹ ਤਾਂ ਕੋ ਜਨਾਬ ਲੀਪਾ ਵੈਲ ਨੇ ਆਖਰੀ ਸਿਰੇ ਪਰ ਵੀ ਅਲਹਮਦੁਲਿਲਾ ਬੰਦਿਆਂ ਮੀ ਅੜੀ ਵੀਡੀਓ ਕੀ ਤੱਕਿਆ ਜਾਂ ਫੈਨ ਹਨ ਮਾੜੇ ਤਾਂ ਜਨਾਬ ਖੁਸ਼ ਹੋਣੇ ਹੋ ਵੀਡੀਓ ਤੱਕ ਹੀ ਬਹੁਤ ਖੁਸ਼ ਬਾਈ ਬਹੁਤ ਮਜ਼ਾ ਆਤਾ ਆਪਕੀ ਵੀਡੀਓ ਦੇਖ ਕੇ ਬਸ ਠੀਕ ਹੈ ਇਸਾ ਦਾ ਇਨਸ਼ਾਅੱਲਾ ਦੁਆ ਕਰੇ ਇਨਸ਼ਾਅੱਲਾ ਜੀ ਕਿ ਮੈਂ ਆਪਣੇ ਕਸ਼ਮੀਰ ਕੇ ਸਾਰੇ ਕੀ ਡਿਸਕਵਰ ਕਰ ਸਕਾਂ ਇਨਸ਼ਾਅੱਲਾ ਆ ਤੱਕਣੇ ਉਸੋ ਜਨਾਬ ਇਧਰ ਬੱਚੇ ਸੱਚੇ ਵੀ ਕਾਫੀ ਖਲਤੇ ਵੈਨ ਕਿਆ ਨਾਮ ਸਾਨਾ ਸ਼ਾਮ ਤੁਸਾਂ ਦਾ ਨਾਮ ਸ਼ਿਰਾਜ਼ ਤਾਂ ਇੱਥੇ ਖੇਡਣ ਵਾਸਤੇ ਅਛਣਿਓ ਇੱਥੇ ਰਹਿਣੇ ਹੋ ਜਾਂ ਖੇਡਣੇ ਦਾ ਅਛਣਿਓ ਤਾਂ ਪੜ੍ਹਨੇ ਹੋ ਕੋਣੀ ਕਿਤਰੀ ਪੜ੍ਹਨੇ ਹੋ ਤੁਸਾਂ ਤਾਂ ਪੜ੍ਹਾਈ ਚ ਕੋ ਦਿਲ ਸ਼ਿਲ ਲੱਗਣਾ ਕੋਣੀ ਤੁਸਾਂ ਦਿਲ ਲੱਗਣਾ ਕੋ ਪੜ੍ਹਾਈ ਨੇ ਪੜ੍ਹਸੋ ਨਾ ਚਲੋ ਠੀਕ ਹੈ ਜਨਾਬ ਅੱਜ ਮੈਂ ਬਣਾਸਾ ਇੱਥੇ ਦੁੱਧ ਤੇ ਪੱਤੀ ਦੁੱਧ ਤੇ ਇੱਥੇ ਹੈ ਡੱਬੇ ਲਾਵਾ ਕੋਈ ਗਾਂ ਸ਼ਾਂ ਚੋਣੇ ਨੇ ਪ੍ਰੋਗਰਾਮ ਐ ਸੀ ਲੇਕਿਨ ਮੈਂ ਇਹਨਾਂ ਮੈਂ ਮਾਰ ਸ਼ਾਰ ਪਈ ਹੈ ਤੇ ਚੰਗੀ ਗੱਲ ਨਹੀਂ ਬਈ ਗਾਂ ਕੀਆਂ ਚੋਰੀ ਚੋਣੇ ਹੋ ਇਹ ਤੱਕਣੇ ਉਹ ਸੋ ਫੁੱਲ ਮਾਹੌਲ ਜਨਾਬ ਰਾਜ ਸਾਹਿਬ ਮਜ਼ਾ ਆ ਰਿਹਾ ਕੋਣੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਆਏ ਹਾਏ ਹਾਏ ਮੈਣਾ ਜੀ ਇਹ ਚਾਹ ਨਾ ਰੰਗ ਤੁਸਾਂ ਤੱਕੋ ਤੁਸਾਂ ਨੇ ਮੂੰਹ ਤੇ ਪਾਣੀ ਆਈ ਗਿਆ ਉਸ ਇਸ ਲੈ ਓਏ ਹੋਏ 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 ਜਨਾਬ ਉਪਰੋਂ ਹੋਰ ਚੀਜ਼ ਆਏ ਹੋਏ ਬਾਰਿਸ਼ ਆਈ ਜੀ ਪਾਣੀ ਬਾਰਿਸ਼ ਦਾ ਨਾਲ ਇਹ ਚਾਹ ਮੈਣਾ ਕਿਆ ਹੀ ਮਾਹੌਲ ਹੈ ਇਹ ਲੱਕੜ ਕੈਸੀ ਨਹੀਂ ਹੈ ਯਾਰ ਨਹੀਂ ਬਿਆੜ ਤੁੰਗ ਦਿਆਰ ਤ੍ਰੈ ਟੈਪ ਨੀ ਲੱਕੜ ਜਨਾਬ ਮਿਕਸ ਹੈ ਹੋਰ ਛੋੜੋ ਸਾਰੀਆਂ ਗੱਲਾਂ ਚਾਹ ਨਾ ਰੰਗ ਤੱਕੋ ਕਿਸ ਤਰ੍ਹਾਂ ਮਾੜਿਆ ਚਿੱਟੀ ਸਫੇਦ ਹੈ ਮਜ਼ੀਦ ਅਸਾਂ ਜੰਗਲਾਂ ਚ ਉੱਪਰ ਜਾ ਰਿਹਾ ਤਾਂ ਲੈਂਡ ਸਲਾਈਡਿੰਗ ਹੋਈ ਗਈ ਹੈ ਲੈਂਡ ਸਲਾਈਡਿੰਗ ਹੋਈ ਗਈ ਹੈ ਰਾਹ ਤੱਕ ਉਸ ਬੰਦ ਹੈ ਇਹ ਤਾਂ ਹੁਣ ਗੱਡੀ ਕਿਸਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਖਲੋ ਜੀ ਰਾਜ ਸਾਹਿਬ ਬੱਟਾ ਝਾੜ ਦਿਓ ਅਕੀਲ ਸਾਹਿਬ ਤਾਂ ਵਿਕਾਸ ਸਾਹਿਬ ਜਨਾਬ ਦੋਏ ਹਿੰਮਤ ਕਰਕੇ ਇਸ ਪੱਥਰਾਂ ਕੀ ਹਟਾਸਣ ਤਾਂ ਹੀ ਸਾਡਾ ਰਾਹ ਜਿਹੜਾ ਨਾ ਇਹ ਖੁੱਲ੍ਹ ਸੀ ਲਓ ਜੀ ਅਕੀਲ ਸਾਹਿਬ
ਥੋੜਾ ਜ਼ੋਰ ਲਾ ਸੋ ਅਕੀਲ ਸਾਹਿਬ, ਮੈਂ ਵੀ ਚਾਇਆ ਐ ਲਾਇਆ। ਪਹਾੜਾਂ ਵਿੱਚ ਜਗ੍ਹਾ ਤੱਕੜੀਆਂ ਸੌਖੀਆਂ ਨਹੀਂ ਹੋਣੀਆਂ। ਲਓ ਜੀ, ਸ਼ਾਟ ਹਿੰਨੇ ਵਾਸਤੇ ਮੈਂ ਗੱਡੀ ਨੇ ਬੈਕਗਰਾਊਂਡ ਭਰਨਾ ਬਹਿ ਗਿਆ ਵਾ ਤੱਕਣੇ ਉਹ ਸੋ ਇੱਥੋਂ ਮੈਂ ਤੁਸਾਂ ਕੀ ਆਖਿਆ ਕਿ ਜੰਗਲਾਂ ਨੇ ਥੋੜੇ ਸ਼ਾਟ ਦੱਸੇ ਜਾਣ। ਅਸਾਂ ਲੀਪਾ ਮਜ਼ੀਦ ਅੱਗੇ ਅਦਰ ਸਫ਼ਰ ਕਰੀ ਰਹੇ ਹਾਂ, ਇੱਕ ਜਗ੍ਹਾ ਸੁਨਾਈ ਜਗ੍ਹਾ ਦਾ ਨਾਂ ਹੈ, ਉੱਧਰ ਜਾ ਰਹੇ ਹਾਂ ਤਾਂ ਬੜੇ ਖੂਬਸੂਰਤ ਅੰਦਾਜ਼ ਵਿੱਚ ਹੈ, ਇੱਕ ਪਾਣੀਆਂ ਦਾ ਨਾਲਾ ਪਿਆ ਅੱਛਣ ਲੱਗਿਆ ਕਾਫੀ ਬੜਾ, ਤਾਂ ਮੈਂ ਕਿਹਾ ਗਿਆ ਇੱਥੇ ਖਲੀ ਕਹਿ ਇੱਕ ਤਾਂ ਅਸਾਂ ਆਪਣੀ ਥੋੜ੍ਹੀ ਗੱਡੀ ਠੱਡੀ ਕਰਾਂ, ਨਾਰਿਆ ਸਾਹਿਬ ਪਾਣੀ ਸ਼ਾਣੀ ਪੀ ਕੇ ਨਾ ਥੋੜ੍ਹਾ ਜਿਹਾ ਰਿਲੈਕਸ ਕਰਾਂ। ਇਹ ਕੱਚੀ ਰੋਡ ਹੈ, ਸਾਰੀ ਜੰਗਲ ਹੈ, ਇਹਦਾ ਕਾਫੀ ਹਾਰਡ ਹੈ ਗੱਡੀ ਵਾਸਤੇ ਨਾ, ਇੱਧਰ ਜ਼ਿਆਦਾ ਘੋੜਿਆਂ ਪਰ ਲੋਕ ਸਫ਼ਰ ਕਰਨੇ ਨਾ ਆਪਣੀ ਸਾਈਡ ਹੈ। ਰੋਡ ਖਰਾਬ ਹੋਣੇ ਦੀ ਵਜ੍ਹਾ ਤੋਂ ਅਸਾਂ ਵਾਪਸ ਜਾ ਰਹੇ ਹਾਂ ਤੱਕਣੇ ਅੱਗੇ, ਹੋਰ ਕਿਹੜਾ ਪਲੇਸ ਤੱਕ ਅਸਾਂ ਬੈਕ ਸਾਈਡ ਜਾ ਰਹੇ ਹਾਂ, ਅੱਗੇ ਸੁਨਾਈ ਜਾਣਾ ਸੀ, ਲੇਕਿਨ ਰੋਡ ਹੈ ਪੜੀਆਂ ਵਾਲੀ ਬਹੁਤ ਜ਼ਿਆਦਾ ਨਾ ਖਤਰਨਾਕ ਜੀ, ਤਾਂ ਬਾਰਿਸ਼ਾਂ ਨੇ ਮੌਸਮ ਇਸ ਵਜ੍ਹਾ ਤੋਂ ਅਸਾਂ ਆਇਆ ਵੀ ਸ਼ਾਮ ਨਾ ਟਾਈਮ ਹੈ, ਕੋਈ ਰਿਸਕ ਨਾ ਹੀ ਨਾ, ਤਾਂ ਮਜ਼ੀਦ ਤੱਕਣੇ ਹੋਰ ਕਿਹੜਾ ਪਲੇਸ ਤੁਸਾਂ ਕੀ ਨਾ ਇੱਥੇ ਲੀਪਾ ਵੈਲੀ ਅੰਦਰ ਇਨਸ਼ਾਅੱਲਾ ਦੱਸਦੇ ਹਾਂ। ਲਓ ਜੀ ਜਨਾਬ, ਆਖਿਰਕਾਰ ਈਵਨਿੰਗ ਟਾਈਮ ਹੈ ਇਸ ਲਈ ਲੀਪਾ ਵੈਲੀ ਵਿੱਚ, ਅਸਾਂ ਅੱਜ ਕਾਫੀ ਜ਼ਿਆਦਾ ਪਲੇਸਿਸ ਕਵਰ ਕੀਤੇ, ਲੇਕਿਨ ਬਾਕੀ ਇਨਸ਼ਾਅੱਲਾ ਲੀਪਾ ਕਿਉਂਕਿ ਕਾਫੀ ਚੀਜ਼ਾਂ ਹੋਰ ਵੀ ਹਨ ਜਿਹੜੀਆਂ ਅਨਡਿਸਕਵਰੇਬਲ ਹਨ, ਉਹ ਵੀ ਅੱਲਾ ਪਾਕ ਖੈਰ ਕੀਤੀ, ਤਾਂ ਮਜ਼ੀਦ ਅਸਾਂ ਹੁਣ ਅਗਲੇ ਦਿਨ ਸਟਾਰਟ ਕਰ ਸਾਂ, ਤਾਂ ਈਵਨਿੰਗ ਵਿਊ ਤੱਕੋ ਜਨਾਬ, ਕਿਤਨਾ ਹੀ ਸੋਹਣਾ ਪਿਆਰਾ ਚਾਵਲਾਂ ਵਾਲੇ ਖੇਤ ਕਿਤਨੇ ਹੀ ਪਿਆਰੇ ਪੇ ਲੱਗਣ ਲੱਗੇ, ਤਾਂ ਇਨਸ਼ਾਅੱਲਾ ਮਿਲਨੇ ਅਗਲੀ ਵੀਡੀਓ ਦੇ ਵਿੱਚ, ਅੱਲਾ ਸੋਹਣੇ ਵਾਲਾ ਇਰਫਾਨ ਜ਼ਫਰ ਆਪਣੀ ਦੁਆਵਾਂ ਯਾਦ ਰੱਖੇ।